ਤੇ ਜਿਹੜੇ ਮੈਂ ਕਿਹਾ 75 ਸਾਲਾਂ ਤੋਂ ਨਹੀਂ ਹਟੇ ਉਹ ਮੇਰੇ ਕਹਿਣ ਤੇ ਹਟ ਜਾਣਗੇ। ਹਾਂ ਇਹ ਗੱਲ ਮੈਂ ਕਰੀ, ਇਹ ਚਾਹੇ ਕੱਟ ਵੀ ਦੇਈ ਵਿੱਚੋਂ, ਲੋੜ ਕਿਹੜੀ ਹੈ ਯਾਰ। ਹਾਂ ਉਹ ਮੈਂ ਉਹੀ ਗੱਲ ਸੰਭਲੀ ਹਾਲ ਚ ਸਾਰੇ ਸਾਰੇ ਤਾਂ ਇਹ ਵਿਜੂ ਇਕੱਠੇ ਕੀਤੇ ਹੋਏ ਉਹਦੇ ਤੇ। ਹਾਂ ਉਹ ਮੈਂ ਤਾਂ ਕਿਹਾ ਸੀ, ਮੈਂ ਕਿਹਾ ਜੇ ਇਹਦੇ 'ਚ ਕੋਈ ਫੈਸਲਾ ਹੀ ਚੰਗਾ ਨਹੀਂ ਕਰਨਾ ਇਹ ਸਾਨੂੰ ਦੇ ਦਿਓ ਸੰਭਲੀ ਹਾਲ, ਤੂੜੀ ਚੱਲ ਸਿਆਲੇ 'ਚ ਸਟਾਕ ਕਰੀਏ ਇਹਦੇ, ਹੈ ਇਸ ਗੇੜਾ ਇਸਲਾਮਾਬਾਦ ਦਾ ਵੀ ਲੱਗ ਜਾ ਕਰੋ, ਅਸੀਂ ਵੀ ਦੇਖ ਲਾਂਗੇ। ਹਾਂ ਇੱਥੋਂ ਹੀ ਤੂੜੀ ਭਰ ਭਰ ਸਟਾਕ ਕਰੋ ਸਾਡੀ, ਚਲੋ ਉਹ ਤਾਂ ਕੰਮ ਤੇ ਆਊ ਯਾਰ। ਉਹ ਜਿੱਦਾਂ ਨਾ ਉਹ ਕੱਟੇ ਦਾ ਗੋਸ਼ਤ ਕਿਸੇ ਨੇ ਪੁੱਛਿਆ ਵੀ ਭਾਈ ਇਹ ਕੱਟੇ ਦਾ ਗੋਸ਼ਤ ਕਾਹਦੇ ਕਾਹਦੇ 'ਚ ਪੈ ਜਾਂਦਾ, ਉਹ ਕਹਿੰਦਾ ਪੈਸੇ ਹੋਣ ਨਾ ਤੇ ਹਰ ਸ਼ਹਿ 'ਚ ਪੈ ਜਾਂਦਾ। ਆਹੋ ਇੱਕ ਹੋਰ ਗੱਲ ਕਰੀਏ ਇਹਨਾਂ ਦੀ, ਆਪਾਂ ਬਹੁਤੀ ਨਾ ਕਰੀਏ ਫੜ ਨਾ ਲੈਣ ਯਾਰ, ਤੂੰ ਤਾਂ ਚਲਿਆ ਜਾਣਾ ਪਿੱਛੋਂ, ਮੈਂ ਤਾਂ ਇਕੱਲਾ ਹੀ ਹਾਂ ਯਾਰ। ਉਹ ਤੇ ਸੀ ਨਾ ਉਹ ਵੀਡੀਓ ਸੀ ਵਕੀਲਾਂ ਤੇ ਜੱਜਾਂ ਵਾਲੀ, ਉਹ ਕਿੱਦਾਂ ਸੀ ਵਕੀਲਾਂ ਜੱਜਾਂ ਵਾਲੀ ਜਿਹੜੀ? ਉਹ ਯਾਰ ਉਹ ਤਾਂ ਮੈਂ ਬਣਾਈ ਸੀ ਬਈ, ਕਹਿੰਦੇ ਆ ਵੀ ਇਹ ਮਦਾਖਲਤ ਕਰਦੇ ਆ ਅਦਾਰੇ ਅਦਾਰੇ ਤੇ ਵੀ ਇਹਨਾਂ ਨੂੰ ਆਖੇ ਰੋਕ ਵੀਡੀਓ ਬਣਾ। ਅੱਛਾ ਅੱਛਾ। ਤੇ ਉਹਨਾਂ ਨੂੰ ਮੈਂ ਕਿਹਾ ਸੀ ਵੀ ਸਰੋਆ ਸਾਹਿਬ ਦੇ ਜਿੰਨ ਬੜੇ ਸਿਆਣੇ ਹੈ, ਤੇ ਮੈਂ ਤਾਂ ਨਹੀਂ ਗਿੱਲੇ ਗੋਹੇ ਤੇ ਪੈਰ ਧਰਦਾ, ਕਰਦੇ ਆ ਮੈਂ ਕਿਹਾ ਮਦਾਖਲਤ, ਖਸਮਾਂ ਦਾ ਸਿਰ ਖਾਣ ਕਰੀ ਜਾਣ, ਮੇਰਾ ਕੀ ਲੈਂਦੇ ਆ? ਤੇ ਜਿਹੜੇ ਮੈਂ ਕਿਹਾ 75 ਸਾਲਾਂ ਤੋਂ ਨਹੀਂ ਹਟੇ ਉਹ ਮੇਰੇ ਕਹਿਣ ਤੇ ਹਟ ਜਾਣਗੇ। ਹਾਂ ਇਹ ਗੱਲ ਮੈਂ ਕਰੀ, ਇਹ ਚਾਹੇ ਕੱਟ ਵੀ ਦੇਈ ਵਿੱਚੋਂ, ਲੋੜ ਕਿਹੜੀ ਹੈ ਯਾਰ। ਹਾਂ ਮੈਂ ਕਿਹਾ ਵੀ ਜੇ ਇਹ ਜੱਜ ਤੇ ਜਰਨੈਲ ਬਖਸ਼ੇ ਗਏ ਨਾ ਤੇ ਫਿਰ ਰਹਿੰਦੇ ਅਸੀਂ ਵੀ ਨਾ, ਵੀ ਇਹਨਾਂ ਦੀ ਟਾਕੀ ਲੱਗ ਜੂ ਸਾਡੀ ਟਾਕੀ ਲੱਗ ਜਾਣੀ। ਇੱਕ ਮੈਂ ਵੀਡੀਓ ਵੇਖਣ ਡਿਆ ਪਿੱਛੇ ਜਿਹੇ ਨਾ ਮਰਦਮਸ਼ੁਮਾਰੀ ਵਾਲੇ, ਸਾਰੇ ਜਿਹੜੀ ਜਿਹੜੀ ਗੱਲਾਂ ਆਈ ਜਾਂਦੀਆਂ ਨਾ ਮੈਂ ਜ਼ਿਹਨ 'ਚ ਕਰੀ ਜਾਂਦਾ ਵੀ ਮਰਦਮਸ਼ੁਮਾਰੀ ਵਾਸਤੇ ਸਕੂਲਾਂ ਦੇ ਟੀਚਰਾਂ ਨੂੰ ਭੇਜਿਆ ਨਾ ਮਰਦਮਸ਼ੁਮਾਰੀ ਲਈ, ਤੇ ਮਰਦਮਸ਼ੁਮਾਰੀ ਦਿਲ ਕਰੇ ਕੈਂਸਲ ਹੋ ਜਾਏਗੀ, ਇਲੈਕਸ਼ਨ ਅਨਾਊਂਸ ਕਰਤਾ ਇਹਨਾਂ ਕੈਂਸਲ ਕਰ ਦੇਣੀ ਹੈ। ਤੇ ਹੁਣ ਉੱਥੋਂ ਵੀਡੀਓ ਵੇਖਣਾ ਵੀ ਬਾਲਾਂ ਦੇ ਪੇਪਰਾਂ ਦੇ ਦੇਣੇ ਆ। ਉਹ ਮੁੰਡੇ ਜਾਂਦੇ ਇੱਥੋਂ ਸਕੂਲੀਏ, ਉਹ ਨੱਚ ਟੱਪ ਕੇ ਆ ਜਾਂਦੇ, ਅੱਗੋਂ ਕਹਿੰਦੇ ਉਸਤਾਦ ਹੀ ਕੋਈ ਨਹੀਂ, ਉਸਤਾਦ ਕਿੱਥੇ, ਉਸਤਾਦ ਕੇ ਗਿਆ ਬੰਦੇ ਗਿਣ ਗਿਆ। ਤੇ ਹੁਣ ਤੂੰ ਮੈਨੂੰ ਇਹ ਦੱਸ ਯਾਰ ਵੀ ਇਹ ਹਰ ਕੰਮ ਉਹ ਤੋੜ ਦਿੰਦੇ ਉਸਤਾਦਾਂ, ਉਹ ਪ੍ਰਾਈ ਜਿਹੜੇ ਆ ਨਾ ਸਰਕਾਰੀ ਸਕੂਲ ਆ ਇਹਨਾਂ 'ਚ ਪੜ੍ਹਦੇ ਸਾਡੇ ਬਾਲ ਗਰੀਬਾਂ ਦੇ, ਅਤੇ ਉਹਨਾਂ ਨੂੰ ਪਰਵਾਹ ਕੋਈ ਨਹੀਂ, ਜਿਹੜਿਆਂ ਦੇ ਚੰਗੇ ਆ ਸਹਿੰਦੇ ਆ ਉਹ ਅਗਲੇ ਪ੍ਰਾਈਵੇਟਾਂ 'ਚ, ਉਹ ਪ੍ਰਾਈਵੇਟਾਂ ਵਾਲੇ ਕਿਹੜਾ ਜਾਂਦੇ ਆ? ਅਤੇ ਇਹ ਜ਼ਿੰਮੇ ਲਾਉਣ ਯਾਰ ਕਿਸੇ ਹੋਰ ਦੇ, ਇਸ ਇਹਨਾਂ ਦੇ ਕਿਉਂ ਲਾਇਆ? ਮੈਂ ਉਦੋਂ ਉਹ ਮਿਸਾਲ ਦੇਈ ਸੀ ਵੀ ਉਸਤਾਦਾਂ ਨੂੰ ਇਹ ਸਿਰਫ ਮਰਦਮਸ਼ੁਮਾਰੀ ਨਹੀਂ, ਹੋਰ ਬੜੇ ਕੰਮਾਂ 'ਚ ਧੱਸ ਦਿੰਦੇ ਆ। ਹਾਂ ਮੈਂ ਕਿਹਾ ਵੀ ਰੇਲ ਗੱਡੀ ਦੇ ਵਿੱਚ ਜਨਾਨੀ ਚੜ੍ਹੀ, ਉਹਦੇ ਕੋਲ ਸਮਾਨ ਬੜਾ ਸੀ, ਭਾਈ ਇੱਕ ਖਲੋਤਾ ਤੇ ਉਹਨੇ ਵੇਖਿਆ ਤੇ ਉਹਨੂੰ ਆਪਣਾ ਡੱਬਾ ਫੜਾ ਤਾ ਘਿਓ ਵਾਲਾ, ਹੈਂ, ਤੇ ਹੱਥ 'ਚ ਛਾਪਰ ਦੇ ਤਾ, ਆਪਣਾ ਕਾਕਾ ਵੀ ਫੜਾ ਤਾ, ਗਲ 'ਚ ਉਹਦੇ ਬੈਗ ਪਾ ਦਿੱਤਾ। ਜਦੋਂ ਬਾਅਦ 'ਚ ਪੁੱਛਦੀ ਅਖੇ ਪੁੱਤ ਮੈਂ ਤੇਰਾ ਨਾਂ ਨਹੀਂ ਪੁੱਛਿਆ, ਅੱਗੇ ਅੰਮਾ ਮੈਨੂੰ ਟੰਗਣਾ ਕਹਿੰਦੇ, ਅੱਗੇ ਹੋਰ ਸ਼ਾਇਆ ਤੇ ਉਹ ਵੀ ਟੰਗ ਲਾ ਕੇ। ਹਾਂ ਉਹ ਜਿਹੜੀ ਗੱਲ ਹੋਵੇ ਉਸਤਾਦਾਂ ਦੇ ਗੱਲ, ਹੈਂ, ਤੇ ਉੱਥੋਂ ਉਸਤਾਦਾਂ ਦੇ ਮੈਂ ਅੱਗੇ ਵੀ, ਮੈਨੂੰ ਕੱਲ੍ਹ ਕਿਸੇ ਨਾਲ ਗੱਲ ਹੋਣ ਡਈ ਸੀ, ਆਉਂਦੇ ਵੀ ਉਹਨਾਂ ਦੀ ਵਿਜੀਲੈਂਸ ਟੀਮਾਂ ਬਣਾਈਆਂ ਅਤੇ ਉੱਤੇ ਜਿਹੜੇ ਰਿਟਾਇਰ ਫੌਜੀ ਹਜ਼ਰਾਤ ਨੇ ਨਾ ਉਹ ਲਾਏ, ਉਹਨਾਂ ਨੂੰ ਚੈੱਕ ਕਰਦੇ ਵੀ ਸਕੂਲਾਂ 'ਚ ਪੂਰੇ ਹਾਜ਼ਰੀ ਕਹਿੰਦੇ ਉਹਨਾਂ ਦੀ, ਉਹ MA BEd ਆ ਉਹਨਾਂ ਦੇ ਉੱਤੇ, ਉਹ 10 ਪੜ੍ਹੇ ਲਾਤੇ। ਅੱਛਾ ਯਾਰ ਨਾ ਇਹ ਐਸੇ ਕੋਈ ਇਹਨਾਂ ਦਾ ਬਣਾਇਆ ਨਾ, ਬਣਾਵਟ ਐਸੀ ਆ ਸਾਡੇ ਫੌਜੀਆਂ ਦੀ, ਹਰ ਜਗ੍ਹਾ ਫਿੱਟ ਆ ਜਾਂਦੇ। ਅੱਛਾ ਤੂੰ ਯਾਰ ਇਹ ਦੇਖ, ਜਿਹੜੇ ਲਿਖੇ ਪੜ੍ਹੇ ਮੁੰਡੇ ਆ ਡਿਗਰੀਆਂ ਕੋਲ ਆ ਉਹ ਵਿਹਲੇ ਫਿਰ ਰਹੇ ਆ, ਅਤੇ ਉਹ ਜਦੋਂ ਫੌਜੀ ਰਿਟਾਇਰ ਹੋ ਕੇ ਆਉਂਦੇ ਸਾਰੇ ਅਦਾਰਿਆਂ 'ਚ ਉਹਨਾਂ ਨੂੰ ਵਾੜਿਆ ਹੋਇਆ, ਕੋਈ ਕਿਤੇ ਫਿੱਟ ਕਰ ਲਾ ਯਾਰ। ਜਿਹੜੇ ਜਵਾਨ ਮੁੰਡੇ ਆ ਉਹ ਵਿਚਾਰੇ ਵਿਆਹ ਕਰਨ ਤੋਂ ਬੈਠੇ ਆ, ਉਹਨਾਂ ਨੂੰ ਨੌਕਰੀਆਂ ਦਓ, ਜਿਹਨਾਂ ਨੇ ਕਰ ਲਈ ਆ ਸਰਵਿਸ ਆਪਣੇ, ਰਿਟਾਇਰ ਹੋ ਗਿਆ ਉਹ ਹੁਣ ਆਪਣਾ ਘਰ ਦਾ ਕਰਨ ਕੋਈ, ਉਹ ਜਦੋਂ ਰਿਟਾਇਰ ਹੋ ਕੇ ਆਉਂਦੇ ਹਰ ਕੋਈ ਪਾਸਾ ਦੱਸਦੇ ਵੀ ਜਿੱਥੇ ਇਹ ਫਿੱਟ ਨਾ ਆਇਆ। ਹਾਂ ਇਹ ਤਾਂ ਹੈ, ਹਰ ਹਰ ਮਹਿਕਮੇ 'ਚ ਆ ਜਾਂਦੇ। ਹਾਂ
ਉਹ ਜਿੱਦਾਂ ਨਾ ਉਹ ਕੱਟੇ ਦਾ ਗੋਸ਼ਤ ਕਿਸੇ ਨੇ ਪੁੱਛਿਆ ਵੀ ਭਾਈ ਇਹ ਕੱਟੇ ਦਾ ਗੋਸ਼ਤ ਕਾਹਦੇ ਕਾਹਦੇ 'ਚ ਪੈ ਜਾਂਦਾ, ਉਹ ਕਹਿੰਦਾ ਪੈਸੇ ਹੋਣ ਨਾ ਅਤੇ ਹਰ ਸ਼ਹਿ 'ਚ ਪੈ ਜਾਂਦਾ। ਉਹ ਗੱਲ ਹੈ ਵੀ ਹੁਣ ਇਹ ਸਾਰੇ ਮਹਿਕਮੇ ਤੁਰ ਜਾਂਦੇ ਹਰ ਪਾਸੇ। ਇੱਕ ਹੋਰ ਗੱਲ ਕਰੀਏ ਇਹਨਾਂ ਦੀ, ਆਪਾਂ ਬਹੁਤੀ ਨਾ ਕਰੀਏ, ਐਵੇਂ ਫੜ ਨਾ ਲੈ ਯਾਰ, ਤੂੰ ਤਾਂ ਚਲਿਆ ਜਾਣਾ ਪਿੱਛੋਂ, ਮੈਂ ਤਾਂ ਇਕੱਲਾ ਹੀ ਹਾਂ ਯਾਰ। ਅੱਛਾ ਰੀਸੈਂਟਲੀ ਸੀ ਇੱਕ ਵੀਡੀਓ ਵੀ ਕਣਕ ਅਤੇ ਸਰਕਾਰ, ਵੀ ਕਣਕ ਜਿਹੜੀ ਆ ਜ਼ਿਮੀਦਾਰ ਕੋਲ ਜਦੋਂ ਹੁੰਦੀ ਆ ਉਦੋਂ ਕੀ ਹਾਲਾਤ ਨੇ, ਜਦੋਂ ਅੱਗੇ ਪਹੁੰਚਦੀ ਉਦੋਂ ਕੀ ਹਾਲਾਤ ਆ, ਹੁਣ ਜਦੋਂ ਕਣਕ ਆਉਣ ਦਾ ਮੌਸਮ ਹੁੰਦਾ ਉਦੋਂ ਆਉਂਦੇ ਵੀ ਪਾਬੰਦੀ ਵੀ ਲਾ ਦਿੰਦੇ ਡਿਸਟ੍ਰਿਕਟ 'ਚੋਂ ਬਾਹਰ ਨਹੀਂ ਜਾਣੀ, ਅਤੇ ਹੁਣ ਇਸ ਵਾਰੀ ਆਉਂਦੇ ਉਹ ਮੈਂ ਵੇਖੀ ਵੀਡੀਓ ਵੀ 25 ਮਣ ਤੋਂ ਵੱਧ ਰੱਖਣੀ ਨਹੀਂ, ਉਹ ਮੈਂ ਦੱਸਦਾ ਤੁਹਾਨੂੰ, ਮੈਂ ਫੜੀ ਰੱਖੋ ਤਾਂ ਵਧੀਆ ਆਊਗੀ, ਫੜੀ ਰੱਖੋ। ਅੱਛਾ ਮੇਰੀ ਗੱਲ ਸੁਣ ਵੀ, ਸਰਕਾਰ ਕਣਕ ਤਾਂ ਲੈਂਦੀ ਆ ਵੀ ਰੇਟ ਪੂਰਾ ਸਾਲ ਇੱਕ ਰੱਖਾਂਗੇ, ਹੈਂ ਸਾਡੇ ਕੋਲ ਤਾਂ ਲੈ ਲਈ 2200 ਨੂੰ, ਉਹ ਜਾਂਦੀ ਉਹਨਾਂ ਦੇ ਗੱਲਿਆਂ 'ਚ ਕੋਈ ਐਸਾ ਸਿਸਟਮ ਲੱਗਿਆ ਉਹ ਜਾਂਦੀ 5000 ਦੀ ਹੋ ਗਈ, ਹੈਂ ਉਹ ਦਹਾਇਆ ਤਾਂ ਉਹ ਕਣਕ ਹੀ ਆ, ਅਤੇ ਉਹ ਗਰੀਬਾਂ ਨੂੰ ਉਹ ਫਿਰ 5000, ਇਹਦੇ ਨਾਲ ਤਾਂ ਸਾਡੇ ਕੋਲ ਪਈ ਰਹਿਣ ਦਿੰਦੇ ਵੀ, ਜੇ ਸਾਡੇ ਗੱਲਿਆਂ 'ਚ ਜਾ ਕੇ ਡਬਲ ਹੋਣੀ ਸੀ ਅਤੇ ਅਸੀਂ ਉਸੇ ਰੇਟ 'ਤੇ ਵੇਚਦੇ ਰਹਿਣਾ ਸੀ, ਆਵਾਮ ਨੂੰ ਆਈ ਆ 5000 ਨੂੰ, ਅਤੇ ਜ਼ਿਮੀਦਾਰ ਨੂੰ ਤਾਂ ਉਹ 2200 ਆਇਆ, 2200 ਆਇਆ, ਇਹ ਕੈਸੇ ਹੀ ਯਾਰ ਇਹ ਇੱਕ ਫਾਰਮੂਲਾ ਲਾਇਆ ਨਾ। ਅੱਛਾ ਮਿੱਲਾਂ ਵਾਲੇ ਨਾ ਇਹ ਰਲੇ ਆ ਇਹਨਾਂ ਦੇ ਨਾਲ, ਸਰਕਾਰ ਨਾਲ ਰਲੇ ਹੋਏ ਆ, ਤੂੰ ਦੇਖ ਵੀ ਉਹ 2200 ਨੂੰ ਲੈ ਕੇ ਨਾ ਕਣਕ ਉਹਦੇ ਵਿੱਚੋਂ ਸੂਜੀ ਕੱਢੀ, ਉਹਦੇ 'ਚੋਂ ਮੈਦਾ ਕੱਢਿਆ, ਉਹਦੇ ਵਿੱਚੋਂ ਚੋਕਰ ਕੱਢੀ, ਅਤੇ ਉਹ ਸਾਰ ਸ਼ਾਇ ਆਪਣੀ ਉਹ ਮਹਿੰਗੇ ਰੇਟਾਂ 'ਤੇ ਸਾਨੂੰ ਚੋ 2200 ਦੀ ਕਣਕ ਸਾਡੇ ਕੋਲੋਂ ਲੈ ਕੇ ਸਾਨੂੰ 3000 ਦੀ ਮਣ ਚੋਕਰ ਦੇ ਰਹੇ, ਹੈਂ ਸਾਡੀਆਂ ਜੁੱਤੀਆਂ ਤਾਂ ਸਾਡਾ ਹੀ ਸਿਰ ਆ, ਰੰਗੀ ਜਾਂਦੇ, ਹਾਂ ਰੰਗੀ ਜਾਂਦੇ, ਸਿਰ ਹੀ ਰੰਗੀ ਜਾਂਦੇ। ਮੈਂ ਇਹ ਗੱਲ ਕਰੂੰਗਾ ਵੀ ਸਰਕਾਰ ਨੂੰ ਚਾਹੀਦਾ ਵੀ ਇਹਦਾ ਨਾ ਰੇਟ ਸਾਰਾ ਸਾਲ ਇੱਕ ਰਹੇ, ਜਿਹੜੀ ਰੇਟ 'ਤੇ ਸਾਡੇ ਕੋਲੋਂ ਖਰੀਦੀ ਆ ਨਾ ਉਸੇ ਰੇਟ 'ਤੇ ਗਰੀਬ ਆਵਾਮ ਨੂੰ ਮਿਲੇ। ਹਾਂ ਇਹ ਬਣਦਾ ਵੀ ਇਸ ਤਰ੍ਹਾਂ ਵੀ ਜਦੋਂ ਖਰੀਦ ਜੋ ਲਈ ਆ, ਜੇ ਗੱਲ ਜਦੋਂ ਆ ਜਾਂਦੀ ਆ ਡੀਜ਼ਲ ਦੀ ਗੱਲ ਆ ਜਾਂਦੀ ਆ, ਉਹ ਖਾਦ ਦੀ ਗੱਲ ਆ ਜਾਂਦੀ ਆ, ਹੁਣ ਆਵਾਮ ਨੂੰ ਆਉਂਦੇ ਆ ਵੀ ਤੇਰੀ ਗੱਲ ਹੋਣ ਡਈ ਸੀ ਵੀ ਛਾਪੇ ਮਾਰਨੇ ਆ ਜਿਨ੍ਹਾਂ ਨੇ ਕਣਕ ਸਟਾਰਟ ਕੀਤੀ, ਆਖੇ ਜੀ ਡਾਲੇ ਆਣਗੇ ਤੇ ਛਾਪੇ ਮਾਰਨਗੇ, ਸਾਰੀ ਗੱਲ ਪੂਰੀ ਸ਼ੁਰੂ ਤੋਂ ਸੁਣ। ਤੇ ਉਹ ਮੈਂ ਉਹਨੂੰ ਕਿਹਾ ਸਰਕਾਰ ਨੂੰ, ਮੈਂ ਕਿਹਾ ਵੀ ਉਹ ਡਾਲੇ ਤੇਰੇ ਉਦੋਂ ਕਿੱਥੇ ਸੀਗੇ ਵੀ ਜਦੋਂ ਸਾਨੂੰ ਖਾਦ ਨਹੀਂ ਲੱਭਦੀ ਸੀ, ਹੁਣ ਤਾਂ ਸਾਦਾ ਜੀ ਗੱਲ ਆ ਭਾਈ, ਉਹ ਡਾਲਾ ਜਿਸ ਟਾਈਮ ਆਵੇ ਨਾ, ਸਰਕਾਰ ਜਿਸ ਟਾਈਮ ਡਾਲਾ ਭੇਜੇ ਵਿੱਚ ਖਾਦ ਪਾ ਕੇ ਭੇਜੀ, ਹਾਂ ਉਹ ਖਾਦ ਦੇ ਜਿੰਨੇ ਥੈਲੇ ਦਏਗਾ ਤੈਨੂੰ ਉਨੇ ਕਣਕ ਦੇ ਦੇਦਾਂਗੇ, ਠੀਕ ਨਹੀਂ ਇਹ ਗੱਲ? ਹਾਂ ਗੱਲ ਤਾਂ ਸਹੀ ਵੀ ਉਹ ਡਾਲੇ ਉਦੋਂ ਕਿੱਥੇ ਸੀ ਜਦੋਂ ਪੰਪਾਂ ਵਾਲਿਆਂ ਨੇ ਤੇਲ ਨਹੀਂ ਦਿੱਤਾ, ਉਹ ਡਾਲੇ ਉਦੋਂ ਕਿੱਥੇ ਸੀ ਜਦੋਂ ਸ਼ੂਗਰ ਮਿਲਾਂ ਨੇ ਸਾਨੂੰ ਠੁੱਡੇ ਮਾਰੇ, ਸਾਡੀ ਪੇਮੈਂਟਾਂ ਨਹੀਂ ਆਈਆਂ ਅਜੇ ਤੱਕ, ਹਜੇ ਤੱਕ ਨਹੀਂ ਆਈਆਂ, ਜਿਹੜੀ ਕਟੌਤੀਆਂ ਕੀਤੀਆਂ ਉਦੋਂ ਡਾਲੇ ਕਿਤੇ ਖੁਸ਼ੀ ਗਮੀ ਵਾਸਤੇ ਦਿੱਤੇ ਨਾ ਅਫਸਰਾਂ ਨੂੰ, ਉਦੋਂ ਕਿਉਂ ਨਹੀਂ ਆਏ ਉਹ? ਇੱਥੇ ਆਟੇ ਪਿੱਛੇ ਲੋਕ ਜ਼ਲੀਲ ਹੋਏ ਆ, ਆ ਡੰਗਰ ਵੇਚ ਵੇਚ ਕੇ ਜਦੋਂ ਅਸੀਂ ਬਿਜਲੀ ਦੇ ਬਿੱਲ ਜਮ੍ਹਾਂ ਕਰਾਂ, ਮੈਂ ਤਾਂ ਉਹਨਾਂ ਨੂੰ ਵੀ ਕਿਹਾ MNA MPA ਵੀ ਉਹ ਹੁਣ ਸਾਡੇ ਕਿਸੇ ਕੰਮ ਤੁਸੀਂ ਆਏ ਨਹੀਂ, ਔਖੇ ਟਾਈਮ 'ਤੇ ਸਾਡੀ ਬਾਤ ਨਹੀਂ ਪੁੱਛੀ, ਹੁਣ ਆ ਕੇ ਜੱਫੀਆਂ ਪਾ ਕੇ ਆਖੇ ਮੈਂ ਤੇਰਾ ਚਾਚਾ, ਮੈਂ ਤੇਰਾ ਤਾਂ ਹੁੱਜਾਂ ਮਾਰਦੇ ਵੱਖੀਆਂ 'ਚ, ਆਹੋ ਅਤੇ ਆਖੇ ਵੋਟ ਹੁਣ ਲੈ ਲਿਓ ਵੋਟ ਸਾਡੇ ਤੋਂ। ਮੈਂ ਆਵਾਮ ਨੂੰ ਕਹੀ ਇਹ ਗੱਲ, ਮੈਂ ਆਖਿਆ ਜਦੋਂ ਆਉਣਗੇ ਉਹਨਾਂ ਨੂੰ ਪੁੱਛਿਓ, ਉਹ ਸਾਡੇ ਸਿਰ ਮੁਰਦਿਆਂ ਨੂੰ ਬਖਸ਼ਣ ਆਉਂਦੇ ਆ, ਕੋਈ ਫੌਤਗੀ ਹੁੰਦੀ ਹੈ ਨਾ 6 ਮਹੀਨੇ ਬਾਅਦ, ਆਖੇ ਹੱਥ ਚਾਲੋ ਜੀ, ਚਾਲੋ ਜੀ ਹੱਥ ਇਹਨਾਂ ਦੇ ਕਹਿਣ 'ਤੇ, ਅਤੇ ਉਹ 5 ਸਾਲ ਜਿਹੜਾ ਨਾ ਸਾਡੀ ਆਵਾਮ ਜਿਹੜੀ ਹੈ ਨਾ ਇਹ ਠੀਕ ਨਹੀਂ। ਆ ਹੁਣ ਟਾਈਮ ਆ ਗੱਲ ਕਰੋ, ਬੋਲੋ, ਜਿਹੜਾ ਬੋਲਣ ਵਾਲਾ ਬੋਲੇ, ਜਿਹੜਾ ਲਿਖਣ ਵਾਲਾ ਲਿਖੇ, ਹੁਣ ਜਿਹੜੀ ਤੇਰੀ ਡਿਊਟੀ ਆ ਉਹ ਤੂੰ ਆਪਣੀ ਕਾਰ ਪੂਰੀ, ਅਤੇ ਉਹ 5 ਸਾਲ ਜੋ ਬਹਿ ਕੇ ਜੁੱਤੀਆਂ ਖਾਣੀਆਂ ਉਹਦੇ ਨਾਲ ਚੰਗਾ ਨਹੀਂ ਵੀ ਆਪਣਾ ਚੰਗਾ ਮਾੜਾ ਆਪ ਸੋਚੋ। MNA MPA ਆ ਉਹ ਖਾਦ ਵਾਰੀ ਕਿਸੇ ਨੇ ਆ ਕੇ ਪੁੱਛਿਆ ਵੀ ਜ਼ਿਮੀਦਾਰਾਂ ਨੂੰ ਕਿਉਂ ਨਹੀਂ ਮਿਲ ਰਹੀ, ਕਿਸੇ ਨੇ ਆ ਕੇ ਪੁੱਛਿਆ ਵੀ ਮਿੱਲਾਂ ਵਾਲਿਆਂ ਨੂੰ ਕਿਸੇ ਨੇ ਪੁੱਛਿਆ, ਯਾਰ ਇਹ ਕੌਣ ਆ ਸਟਾਕੀਏ, ਕੌਣ ਆ ਮਿੱਲਾਂ ਵਾਲੇ ਕੌਣ ਆ? ਉਹ ਮੈਂ ਉਹੀ ਗੱਲ ਸੰਭਲੀ ਹਾਲ 'ਚ ਸਾਰੇ ਸਾਰੇ ਤਾਂ ਇਹ ਵਿਜੂ ਇਕੱਠੇ ਕੀਤੇ ਹੋਏ ਉਹਦੇ 'ਤੇ, ਹਾਂ ਉਹ ਮੈਂ ਤਾਂ ਕਿਹਾ ਸੀ, ਮੈਂ ਕਿਹਾ ਜੇ ਇਹਦੇ 'ਚ ਕੋਈ ਫੈਸਲਾ ਹੀ ਚੰਗਾ ਨਹੀਂ ਕਰਨਾ ਇਹ ਸਾਨੂੰ ਦੇ ਦਿਓ ਸੰਭਲੀ ਹਾਲ, ਤੂੜੀ ਚੱਲ ਸਿਆਲੇ 'ਚ ਸਟਾਕ ਕਰੀਏ ਇਹਦੇ,
ਹੈ ਇਸ ਗੇੜਾ ਇਸਲਾਮਾਬਾਦ ਦਾ ਵੀ ਲੱਗ ਜਾ ਕਰੋ, ਅਸੀਂ ਵੀ ਦੇਖ ਲਾਂਗੇ। ਹਾਂ ਇੱਥੋਂ ਤੂੜੀ ਭਰ ਭਰ ਸਟਾਕ ਕਰੋ ਸਾਡੀ, ਚਲੋ ਉਹ ਤਾਂ ਕੰਮ ਤੇ ਆਊ ਯਾਰ। ਦੇਖਦੇ ਨੀ ਤੁਸੀਂ ਰੋਡਾਂ ਦੇ ਉੱਤੇ ਸੁਬਹਾ ਟਾਈਮ ਡਾਲਾ ਆਉਂਦਾ, ਗਰੀਬ ਕਿਵੇਂ ਧੱਕੇ ਖਾਂਦੇ, ਮਹਿੰਗਾਈ ਇੰਨੀ ਹੋਈ ਆ। ਯਕੀਨ ਰੱਬ ਤੇ ਕਰੀ, ਉਹ ਬੰਦਾ ਸਵੇਰੇ ਦੇਖਿਆ ਅੱਧਾ ਕਿਲੋ ਦੁੱਧ ਲਿਆ ਉਹਨੇ ਤੇ 6 ਜੀ ਆ, ਹੁਣ ਅਗਲੇ 24 ਘੰਟੇ ਬਾਅਦ ਉਹਨੇ ਅੱਧਾ ਕਿਲੋ ਦੁਬਾਰਾ ਲੈਣਾ, ਉਹ ਦੱਸ ਉਹ ਕਿਵੇਂ ਗੁਜ਼ਾਰਾ ਕਰੂਗਾ। ਦੁੱਧ ਦਾ ਰੇਟ ਦੇਖ ਲਿਆ ਤੂੰ, ਹਰ ਸ਼ਾਇਦ ਦਾ ਰੇਟ ਕਿੱਥੇ ਦਾ ਕਿੱਥੇ ਪਹੁੰਚ ਗਿਆ। ਅਸੀਂ ਯਾਰ 2 ਸਿਰ ਦੁੱਧ ਵੇਚ ਕੇ ਨਾ ਤੇ ਉਹਦਾ ਸੌਦਾ ਲੈਣਾ ਹੁੰਦਾ, ਲੈ ਉਹ ਦੁੱਧ ਸਾਡਾ ਇੱਥੋਂ 70-80 ਹੱਦ 100 ਤੇ ਉਹ ਸ਼ਹਿਰਾਂ ਦੇ ਵਿੱਚੋਂ ਜਾ ਕੇ, ਉਹੀ ਕਣਕ ਵਾਲੀ ਗੱਲ ਜਿਹੜੇ ਸਾਡੇ ਕੋਲ ਲੈ ਜਾਂਦੇ ਆ ਤੇ ਅਗਾਂਹ ਜਾ ਕੇ 200-200 ਨੂੰ ਵੇਚਦੇ ਆ, ਸਾਨੂੰ ਉਹੀ ਲੱਭ ਰਿਹਾ ਜਿਹੜਾ ਵੰਡਾ ਵੀ ਨਹੀਂ ਪੂਰਾ ਹੋ ਰਿਹਾ। ਆ ਵੀ ਅਸਲ ਹੱਕਦਾਰ ਜਿਹਦੀ ਬਣਦਾ ਵਾ ਉਹਦੇ ਤੱਕ ਦੀ। ਫਿਰ ਇੱਕ ਹੋਰ ਮਸਲਾ, ਤੂੰ ਖਾਲਸ ਵੇਚ ਰਿਹਾ ਮੈਂ ਪਾਣੀ ਪਾਉਂਦਾ, ਮੈਂ ਤਾਂ 70 ਦਾ ਵੀ ਦੇ ਦੂੰਗਾ, ਮੈਂ ਤਾਂ ਪਾਣੀ ਪਾਇਆ। ਹੁਣ ਤੂੰ 150 ਤੋਂ ਘੱਟ ਤੈਨੂੰ ਵਾਰਾ ਹੀ ਨਹੀਂ ਖਾਂਦਾ, ਫਿਰ ਜੇ ਤੇਰੇ ਕੋਲ ਆਉਣਗੇ ਤੈਨੂੰ ਕਹਿਣਗੇ ਫਲਾਣਾ ਤਾਂ ਦੇਈ ਜਾਂਦਾ ਆ ਕੇ 70 ਨੂੰ, ਤੂੰ ਅਖੇ 150 ਨੂੰ ਅਖੇ ਤੇਰਾ ਦੁੱਧ ਵੱਖਰਾ ਵੀ। ਉਹ ਜੇ ਪਾਣੀ ਨਾ ਪਾਈਏ, ਜੇ ਪਾਣੀ ਪਾਈਏ ਤੇ ਉਹ ਆਖਰਤ ਆਪਣੀ ਖਰਾਬ ਕਰਨੀ। ਅਸੀਂ ਤਾਂ ਬਾਬਾ ਫਸੇ ਪਏ ਹਾਂ, ਹਾਂ ਕਿਸੇ ਪਾਸੇ ਨੂੰ ਭੱਜਣ ਨੂੰ ਰਾਹ ਨਹੀਂ। ਤੂੰ ਜੇ ਕੁਛ ਕਰ ਸਕਦਾ ਤਾਂ ਦੇਖ ਲਾ, ਹਾਲਾਤ ਜਿਹੜੇ ਗੰਭੀਰ ਤਰ ਗੰਭੀਰ ਨੇ। ਹਾਂ ਹਾਂ।